ਯਾਰ ਤੁਸੀਂ ਫਲੈਟ ਤਾਂ ਲੈ ਲਿਆ ਪਰ ਤੁਸੀਂ ਦੋ ਕੁੜੀਆਂ ਵਾਸਤੇ ਪੈਸੇ ਨਹੀਂ ਦਿੱਤੇ। ਉਹ ਅਸੀਂ ਆਪ ਪੈਸੇ ਜਿਹੜੇ ਬੰਦੇ ਨੇ ਸਾਨੂੰ ਜਿਤਾਇਆ ਜੀ, ਮਾਨ ਸਾਹਿਬ ਨੇ, ਮਾਨ ਸਾਹਿਬ ਨੇ ਤੁਸੀਂ ਸਾਨੂੰ ਜਿਤਾਇਆ ਜੀ, ਤੁਸੀਂ ਉਹਦੀ ਬੰਦੀ ਕਰ ਰਹੇ ਹੋ। ਜਿਵੇਂ ਜਿਵੇਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਨੇ ਉਸੇ ਤਰ੍ਹਾਂ ਹੀ ਪਾਰਟੀਆਂ ਵੱਲੋਂ ਆਪਣਾ ਪ੍ਰਚਾਰ ਵੀ ਤੇਜ਼ ਕਰ ਦਿੱਤਾ ਗਿਆ ਹੈ। ਇਹਨਾਂ ਚੋਣਾਂ 'ਚ ਲੋਕਾਂ ਦਾ ਵੱਖਰਾ ਅੰਦਾਜ਼ ਵੀ ਦੇਖਣ ਨੂੰ ਮਿਲ ਰਿਹਾ ਹੈ। ਵੋਟਰਾਂ ਵੱਲੋਂ ਲੀਡਰਾਂ ਨੂੰ ਘੇਰ ਘੇਰ ਕੇ ਸਵਾਲ ਪੁੱਛੇ ਜਾ ਰਹੇ ਨੇ, ਜਿਸ ਦੀਆਂ ਵੀਡੀਓ ਵੀ ਕਾਫੀ ਵਾਇਰਲ ਹੋ ਰਹੀਆਂ ਨੇ। ਤੇ ਹੁਣ ਤਾਜ਼ੀ ਵੀਡੀਓ ਆਪਦੇ ਵਿਧਾਇਕ ਅਤੇ ਖਹਿਰਾ ਦੇ ਸਮਰਥਕ ਜਗਦੇਵ ਸਿੰਘ ਕਮਾਲੂ ਨਾਲ ਸੰਬੰਧਿਤ ਵਾਇਰਲ ਹੋ ਰਹੀ ਹੈ, ਜਿਸ 'ਚ ਆਪ ਵਰਕਰਾਂ ਨੇ ਗੱਡੀ 'ਚ ਬੈਠੇ ਜਗਦੇਵ ਸਿੰਘ ਕਮਾਲੂ ਨੂੰ ਰੋਕ ਕੇ ਤਿੱਖੇ ਸਵਾਲ ਕੀਤੇ। ਵਰਕਰਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਮਿਹਨਤ ਕਰਕੇ ਜਗਦੇਵ ਸਿੰਘ ਕਮਾਲੂ ਨੂੰ ਵਿਧਾਇਕ ਬਣਾਇਆ ਪਰ ਉਹਨਾਂ ਦਾ ਕੋਈ ਕੰਮ ਨਹੀਂ ਕੀਤਾ ਗਿਆ। ਪਿੰਡ ਦਾ ਸਾਡੀ ਦਾ ਬਾਸ ਹੱਥ ਵਾਲੇ ਕਹਿੰਦੇ ਕਿਤੇ ਹੱਥ ਵੀ ਨਹੀਂ ਚੱਕ ਕੇ ਗਏ। ਮੇਰੀ ਪਤਾ ਕੀ ਹੈ ਸਰ, ਮੇਰੀ ਇੱਕੋ ਰਿਕੁਐਸਟ ਹੈ ਵੀ 2017 ਵਾਸਤੇ ਅਸੀਂ ਬਹੁਤ ਤਨਦੇਹੀ ਮਿਹਨਤ ਕੀਤੀ ਹੈ ਤੁਹਾਡੇ ਵਾਸਤੇ, ਸਾਨੂੰ ਕਿਉਂ ਪੜ ਰਹੇ ਹੋ? ਅਸੀਂ ਤੁਹਾਡੇ ਪਿੱਛੇ ਲੋਕਾਂ ਨਾਲ ਲੜੇ, ਅਸੀਂ ਲੋਕਾਂ ਨਾਲ ਬੈਰ ਪਾਇਆ ਹੈ ਕਿ ਨਹੀਂ? ਚੋਣ ਨਿਸ਼ਾਨ ਝਾੜੂ ਤੇ ਤੁਹਾਨੂੰ ਜਿਤਾਇਆ ਸੀਗਾ ਤੇ ਚੋਣ ਨਿਸ਼ਾਨ ਝਾੜੂ ਤੇ ਅਸੀਂ ਅੱਜ ਕਾਇਮ ਆ, ਸਾਨੂੰ ਨਾ ਤੋੜੋ, ਠੀਕ ਹੈ? ਤੁਸੀਂ ਖੈਰੇ ਤੁਸੀਂ ਆਪਦੀ ਪਾਰਟੀ ਦੇ ਉਹ ਲੈ ਕੇ ਆਓ। ਸਾਡੇ ਪਿੰਡ ਦੀ ਸਭ ਤੋਂ ਵੱਧ ਵੋਟ ਲੈਤੀ ਤੁਸੀਂ, ਪਿੰਡ ਦੀਆਂ ਦੋ ਕੁੜੀਆਂ ਨਹੀਂ ਬਣਾ ਸਕੀਆਂ, ਚੰਡੀਗੜ੍ਹ ਸੈਕਟਰ ਦੇ ਫਲੈਟ ਤੁਸੀਂ ਜਿਹੜੇ ਲੈ ਲਈ ਤੁਹਾਡੇ ਵਾਸਤੇ ਕਿੰਨੇ ਵਾਰ ਚੰਡੀਗੜ੍ਹ ਤੁਸੀਂ ਫਲੈਟ ਤਾਂ ਲੈ ਲਿਆ ਪਰ ਤੁਸੀਂ ਦੋ ਕੁੜੀਆਂ ਵਾਸਤੇ ਪੈਸੇ ਨਹੀਂ ਦਿੱਤੇ। ਉਹ ਅਸੀਂ ਆਪ ਪੈਸੇ ਜਿਹੜੇ ਬੰਦੇ ਨੇ ਸਾਨੂੰ ਜਿਤਾਇਆ ਜੀ, ਮਾਨ ਸਾਹਿਬ ਨੇ, ਮਾਨ ਸਾਹਿਬ ਨੇ ਤੁਸੀਂ ਸਾਨੂੰ ਜਿਤਾਇਆ ਜੀ, ਤੁਸੀਂ ਉਹਦੀ ਬੰਦੀ ਕਰ ਰਹੇ ਹੋ। ਦੱਸਦੀ ਕਿ ਜਗਦੇਵ ਸਿੰਘ ਕਮਾਲੂ ਆਪ ਤੋਂ ਨਰਾਜ਼ ਚੱਲ ਰਹੇ ਨੇ ਅਤੇ ਉਹ ਚੋਣਾਂ ਵਿੱਚ ਪੀਡੀਏ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦੀ ਹਮਾਇਤ ਕਰ ਰਹੇ ਨੇ। ਬਿਊਰੋ ਰਿਪੋਰਟ, D5 ਚੈਨਲ, ਪੰਜਾਬੀ।